ਵਿਅਰਸ ਵੈਲਕਮ ਬੈਕ ਟੂ ਅਵਰ ਪ੍ਰੋਗਰਾਮ ਜੀ ਟਾਰ ਸਾਹਿਬ, ਅਗਲੇ ਸ਼ੋਅ ਉੱਪਰ ਤੁਹਾਡੇ ਵਿਚਾਰ ਜਾਣੇ ਚਾਹਾਂਗੇ। ਜੀ ਟਾਰ ਸਾਹਿਬ, ਕੀ ਵਿਚਾਰਾਂ ਕਰਨਾ ਚਾਹੁੰਦੇ ਤੁਸੀਂ? ਦੇਖੋ, ਜਦੋਂ ਜੂਨ 84 ਦੇ ਇਸ ਘੱਲੂਕਾਰੇ ਦਾ ਜ਼ਿਕਰ ਹੁੰਦਾ ਹੈ, ਇੱਕ ਆਰਗੂਮੈਂਟ ਜਿਹੜਾ ਅਜੇ ਵੀ, ਭਾਵੇਂ ਹੁਣ ਤਬਕਾ ਉਹ ਛੋਟਾ ਰਹਿ ਗਿਆ, ਪਹਿਲਾਂ ਬਹੁਤ ਜ਼ਿਆਦਾ ਸੀ, ਉਹ ਜ਼ਰੂਰ ਇਹ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿ ਜੀ, ਜੇ ਸੰਤ ਭਿੰਡਰਾਂ ਵਾਲੇ ਔਰ ਉਹਨਾਂ ਦੇ ਸਾਥੀ ਸਿੰਘ ਅੰਦਰ ਹਥਿਆਰ ਲੈ ਕੇ ਨਾ ਆਉਂਦੇ ਤੇ ਸਰਕਾਰ ਨੂੰ ਮੌਕਾ ਨਹੀਂ ਸੀ ਮਿਲਣਾ। ਹੁਣ ਜ਼ਾਹਰ ਹੈ, ਅਸੀਂ ਸਿੱਖ ਪਰਸਪੈਕਟਿਵ ਤੋਂ ਇਸ ਦਾ ਹਮੇਸ਼ਾ ਜਵਾਬ ਦਿੱਤਾ, ਤਖਤਾਂ ਦੀ ਅਹਿਮੀਅਤ ਕੀ ਹੈ, ਤਖਤਾਂ 'ਤੇ ਸ਼ਸਤਰ ਰੱਖੇ ਜਾਂਦੇ ਨੇ, ਹੁਕਮਨਾਮਾ ਜਿਹੜਾ ਉਹ ਪਹਿਲਾ ਅਕਾਲ ਤਖਤ ਤੋਂ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ ਦਾ। ਦਰਬਾਰ ਸਾਹਿਬ 'ਚ ਮੋਰਚਾਬੰਦੀ ਨਹੀਂ ਹੁੰਦੀ, ਉਹ ਹੁਣ ਵੀ ਨਹੀਂ ਹੋਈ, ਲੇਕਿਨ ਅਕਾਲ ਤਖਤ ਦੀ ਹਿਫਾਜ਼ਤ ਲਈ ਪਹਿਲਾਂ ਵੀ ਸ਼ਹੀਦ ਬਾਬਾ ਗੁਰਬਖਸ਼ ਸਿੰਘ, ਉਹਨਾਂ ਨੇ 30 ਸਾਥੀ ਸਿੰਘਾਂ ਨਾਲ ਸ਼ਹੀਦੀ ਪਾਈ, ਔਰ ਇਸੇ ਅਕਾਲ ਤਖ਼ਤ ਦਰਬਾਰ ਸਾਹਿਬ ਨੂੰ ਡਿਫੈਂਡ ਕਰਨ ਦੇ ਲਈ ਬੁੰਗਾ ਰਾਮਗੜੀਆਂ ਜਿਹੜਾ ਬਾਬਾ ਜੱਸਾ ਸਿੰਘ ਹੋਰਾਂ ਨੇ ਔਰ ਸਰਬੱਤ ਖਾਲਸਾ ਦੇ ਉਸ ਬਾਕੀ ਮਿਸਲਾਂ ਦੇ ਸਰਦਾਰਾਂ ਦੇ ਸਹਿਯੋਗ ਨਾਲ ਬਣਿਆ। ਸੋ ਜ਼ਾਹਰ ਹੈ ਵੀ ਇਹ ਸਾਡਾ ਮੀਰੀ ਪੀਰੀ ਦਾ ਮੁਕਾਮ, ਇਹ 18ਵੀਂ ਸਦੀ 'ਚ ਵੀ ਇਹਨੂੰ ਡਿਫੈਂਡ ਕਰਨਾ, ਮੂਲ ਤੌਰ ਦੇ ਉੱਤੇ ਜੂਝਣਾ, ਇਹ ਸਾਡਾ ਹਿੱਸਾ ਰਿਹਾ। ਲੇਕਿਨ ਜਦੋਂ ਅਸੀਂ ਅਜੋਕੇ ਪੀਰੀਅਡ 'ਚ ਦੇਖਦੇ ਹਾਂ, ਅੱਜ ਜਦੋਂ ਭਾਰਤ ਹੋਏ ਜਾਂ ਬਾਹਰਲੇ ਮੁਲਕਾਂ 'ਚ ਵੀ, ਅਮਰੀਕਾ ਵਰਗੇ ਮੁਲਕ ਦੇ ਵਿੱਚ ਵੀ ਜਦੋਂ ਸੈਲਫ ਡਿਫੈਂਸ ਦੇ ਕਾਨੂੰਨ ਨੇ ਔਰ ਜਿਹੜੇ ਤੁਹਾਨੂੰ ਇਹ ਹੱਕ ਪ੍ਰੋਵਾਈਡ ਕਰਦੇ ਨੇ ਕਿ ਜੇ ਤੁਹਾਡੀ ਪ੍ਰੋਪਰਟੀ 'ਚ ਆ ਕੇ ਕੋਈ ਦਾਖਲ ਹੁੰਦਾ ਔਰ ਅਨ ਤੁਸੀਂ, ਤੁਹਾਡੇ ਕੋਲ ਹੱਕ ਹੈ ਵੀ ਤੁਸੀਂ ਉਹਨੂੰ ਸ਼ੂਟ ਡਾਊਨ ਕਰ ਸਕਦੇ ਹੋ। ਔਰ ਇਸੇ ਤਰ੍ਹਾਂ ਕਿਉਂਕਿ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ਼ ਕੋਈ FIR ਨਹੀਂ ਸੀ, ਕੋਈ ਉਹਨਾਂ ਨੂੰ ਕਿਸੇ ਕੇਸ ਦੇ ਵਿੱਚੋਂ ਲੜੀਂਦੇ ਨਹੀਂ ਸਨ, ਔਰ ਜਦੋਂ ਵੀ ਕੋਈ ਇਸ ਕਿਸਮ ਦਾ ਜਿਹੜਾ ਜੇ ਆਮ ਹਾਲਤਾਂ ਦੇ ਵਿੱਚ ਕੋਈ ਕਿਸੇ ਦੀ ਪ੍ਰੋਪਰਟੀ 'ਚ ਇੰਕਲੂਡ ਕਰਦਾ ਹੈ ਅਤੇ ਸ਼ੂਟ ਡਾਊਨ ਕੀਤਾ ਜਾ ਸਕਦਾ, ਤਾਂ ਫਿਰ ਇੱਦਾਂ ਦੇ ਮਾਮਲੇ ਜਦੋਂ ਤੁਸੀਂ ਸਭ ਤੋਂ ਪ੍ਰਾਣ ਪਿਆਰੇ ਥਾਂ ਹਰਿਮੰਦਰ ਸਾਹਿਬ 'ਤੇ ਟੈਂਕਾਂ ਤੋਪਾਂ ਨਾਲ ਚੜ੍ਹਦੇ ਹੋ, ਤਾਂ ਫਿਰ ਉਹਨੂੰ ਡਿਫੈਂਡ ਕਰਨ ਦਾ ਰਾਈਟ ਬਣਦਾ। ਸੋ ਜ਼ਾਹਿਰ ਹੈ ਵੀ ਇਹ ਸਾਡਾ ਪਰਸਪੈਕਟਿਵ ਹੈ। ਵੈਸਟਰਨ ਕਮਾਂਡ ਦੇ ਲੈਫਟੀਨੈਂਟ ਜਨਰਲ ਸਨ ਮਿਸਟਰ SK ਸਿਨਹਾ, 80 ਪੀਰੀਅਡ ਦੀ ਗੱਲ ਹੈ, ਔਰ ਭਾਰਤ ਦੀਆਂ ਡਿਫਰੈਂਟ ਕਮਾਂਡਸ ਹੁਣ ਤਾਂ ਹੋਰ ਵੀ ਉਹਨਾਂ ਨੇ ਵਧਾ ਦਿੱਤੀਆਂ, ਪਰ ਇੱਕ ਕਨਵੈਨਸ਼ਨ ਸੀ ਕਿਉਂਕਿ ਵੈਸਟਰਨ ਕਮਾਂਡ ਸਭ ਤੋਂ ਵੱਡੀ ਕਮਾਂਡ ਸੀ, ਔਰ ਜਿਹੜਾ ਵੈਸਟਰਨ ਕਮਾਂਡ ਦਾ ਲੈਫਟੀਨੈਂਟ ਜਨਰਲ ਹੁੰਦਾ ਸੀ ਉਹੀ ਇਵੈਂਚੁਅਲੀ ਐਜ਼ ਏ ਜਨਰਲ ਟੇਕ ਓਵਰ ਕਰਦਾ ਸੀ। ਔਰ SK ਸਿਨਹਾ ਜਦੋਂ 1980 ਦੇ ਪੀਰੀਅਡ 'ਚ ਵੈਸਟਰਨ ਕਮਾਂਡ ਦੇ ਲੈਫਟੀਨੈਂਟ ਜਨਰਲ ਸਨ, ਔਰ ਜ਼ਾਹਿਰ ਹੈ ਵੀ ਉਹ ਸੀਨੀਅਰ ਸਨ, ਉਹਨਾਂ ਨੇ ਜਨਰਲ ਬਣਨਾ ਸੀ, ਉਦੋਂ ਉਹਨਾਂ ਤੋਂ ਟੈਂਕਾਂ ਦੀ ਵਰਤੋਂ ਕਰਨ ਦੀ ਜਿਹੜੀ ਹੈ ਮੰਗ ਕੀਤੀ ਗਈ ਪਿੰਡਾਂ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਵੀ 81 ਦੇ ਵਿੱਚ, ਉਦੋਂ ਅਜੇ ਉਹ ਦਰਬਾਰ ਸਾਹਿਬ ਵੀ ਨਹੀਂ ਸਨ ਆਇਆ ਅਕਾਲ ਤਖ਼ਤ 'ਤੇ, ਔਰ ਉਸ ਤੋਂ ਇਲਾਵਾ ਵੀ ਜਿਹਦਾ ਉਹਨਾਂ ਨੇ ਨਾਂਹ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਵੀ 90,000 ਸਿੱਖ ਭਾਰਤੀ ਫੌਜ ਨੇ, ਉਹਨਾਂ ਦਾ ਇੱਕ ਇੰਟਰਵਿਊ ਵੀ ਜਿਹੜੇ ਕੰਵਰ ਸੰਧੂ ਦੇ ਨਾਲ, ਉਹਦੇ 'ਚ ਵੀ ਉਹਨਾਂ ਨੇ ਕੋਟ ਕੀਤਾ, ਔਰ ਉਹਨਾਂ ਨੇ ਕਿਹਾ ਵੀ ਫੌਜ ਦੁਸ਼ਮਣ ਨਾਲ ਲੜਨ ਲਈ ਹੈ, ਟੈਂਕ ਜਾਂ ਦੂਜੇ ਕੋਈ ਸਿਵਲੀਅਨ ਯੂਜ਼ ਲਈ ਨਹੀਂ ਨਾ ਕਿ ਤੁਹਾਨੂੰ ਅਸੀਂ ਟੈਂਕ ਦੇ ਦਈਏ। ਉਹਨਾਂ ਨੇ ਡਿਫੈਂਸ ਮਿਨਿਸਟਰ ਨੂੰ ਵੀ ਇਹੀ ਗੱਲ ਕਹੀ। ਸੋ ਜ਼ਾਹਿਰ ਹੈ ਕਿ ਇਹ ਜਿਹੜਾ ਜਦੋਂ ਇੰਦਰਾ ਗਾਂਧੀ ਵਾਪਸ 81 'ਚ ਪਾਵਰ 'ਚ ਆਈ, ਪਲੈਨਿੰਗ ਉਦੋਂ ਤੋਂ ਹੀ ਸੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ, ਔਰ ਉਹਨਾਂ ਨੇ ਇਹ ਦੇਖਿਆ ਕਿ ਵੀ ਇਹ ਸਿਨਹਾ ਤਾਂ ਸਾਡੇ ਕਾਬੂ ਨਹੀਂ ਆਉਣ ਵਾਲਾ, ਔਰ ਉਹਨਾਂ ਨੇ ਸਿਨਹਾ ਨੂੰ ਸੁਪਰਸੀਡ ਕਰਕੇ, ਉਹਦੀ ਸੀਨੀਓਰਟੀ ਨੂੰ ਪਾਸੇ ਰੱਖ ਕੇ ਜਨਰਲ ਵੈਦਿਆ ਜਿਹੜਾ ਕਿ ਜੂਨੀਅਰ ਸੀ, ਉਹਨੂੰ ਫੌਜ ਦਾ ਜਨਰਲ ਬਣਾ ਦਿੱਤਾ, ਕਿਉਂਕਿ ਉਹਨਾਂ ਨੇ ਉਸ ਤੋਂ ਕੰਮ ਲੈਣਾ ਸੀ। ਔਰ ਸਿਨਹਾ ਜਿਹੜਾ ਉਹ ਆਪਣਾ ਛੱਡ ਕੇ ਰਿਜ਼ਾਈਨ ਕਰਕੇ
ਚਲਾ ਗਿਆ ਸੀ, ਉਹਨੇ ਕੰਟੀਨਿਊ ਨਹੀਂ ਸੀ ਕੀਤਾ। ਬਾਅਦ ਦੇ ਵਿੱਚ ਉਹ ਗਵਰਨਰ ਵੀ ਰਿਹਾ ਜੰਮੂ ਕਸ਼ਮੀਰ ਦਾ, ਉਹਨੇ ਕਿਤਾਬ ਵੀ ਲਿਖੀ ਔਰ ਹੁਣ ਤਾਂ ਉਹਨਾਂ ਦੀ ਡੈਥ ਹੋ ਚੁੱਕੀ ਹੈ। ਸੋ ਇਹ ਇੱਕ ਇੰਟਰਵਿਊ ਜਿਹੜਾ ਉਹਨਾਂ ਦਾ, ਇੱਕ ਇੰਟਰਵਿਊ ਤਾਂ ਉਹਨਾਂ ਨੇ ਬਹੁਤ ਸਾਰੇ ਦਿੱਤੇ, ਕਿਤਾਬ ਫੋਰਮ 'ਚ ਵੀ ਲਿਖਿਆ ਪੰਜਾਬੀ ਸਾਕਾ 84 ਘੱਲੂਘਾਰਾ ਪੁਸਤਕ ਦੇ ਵਿੱਚ ਲੈਫਟੀਨੈਂਟ ਜਨਰਲ ਸਿਨਹਾ ਦਾ ਇੰਟਰਵਿਊ ਜਿਹੜਾ ਕਿ ਇਸ ਗੱਲ ਦੇ ਉੱਤੇ ਫੋਕਸਡ ਸੀ ਕਿ ਕੀ ਭਿੰਡਰਾਂ ਵਾਲਿਆਂ ਦਾ ਹਥਿਆਰਾਂ ਦੇ ਨਾਲ ਆਪਣੇ ਆਪ ਨੂੰ ਡਿਫੈਂਡ ਕਰਨਾ ਜਸਟੀਫਾਈਡ ਸੀ। ਔਰ ਇਹ ਕਿਉਂਕਿ ਸਵਾਲ ਅੱਜ ਵੀ ਜਿਹੜੇ ਲੋਕ ਚੁੱਕਦੇ ਨੇ ਉਹ ਭਾਰਤੀ ਫੌਜ ਦੇ ਸੀਨੀਅਰ ਮੋਸਟ ਲੈਫਟੀਨੈਂਟ ਜਨਰਲ ਦੇ ਮੂੰਹ ਹੀ ਸੁਣ ਲੈਣ ਕਿ ਉਹ ਕਿਵੇਂ ਉਹਨਾਂ ਦਾ ਹੱਕ ਬਣਦਾ ਸੀ ਆਪਣੇ ਆਪ ਨੂੰ ਡਿਫੈਂਡ ਕਰਨਾ। ਔਰ ਇਸ ਆਰਟੀਕਲ ਦਾ ਸਿਰਲੇਖ ਹੈ ਭਾਰਤੀ ਫੌਜ ਦੇ ਗੋਲਡਨ ਟੈਂਪਲ ਉੱਤੇ ਫੌਜੀ ਹਮਲੇ ਦੀ ਹਥਿਆਰਬੰਦ ਵਿਰੋਧਤਾ ਠੀਕ ਸੀ, ਲੈਫਟੀਨੈਂਟ ਜਨਰਲ ਐਸ ਕੇ ਸਿਨਹਾ। ਸਾਕਾ ਨੀਲਾ ਤਾਰਾ ਦੇ ਦੌਰਾਨ ਜੋ ਸਿੱਖ ਗੋਲਡਨ ਟੈਂਪਲ ਵਿੱਚੋਂ ਫੌਜੀ ਹਮਲੇ ਦਾ ਹਥਿਆਰਬੰਦ ਮੁਕਾਬਲਾ ਕਰ ਰਹੇ ਸਨ ਉਹ ਆਪਣੇ ਧਰਮ ਦੀ ਰੱਖਿਆ ਲਈ ਆਪਣੇ ਜਾਇਜ਼ ਅਧਿਕਾਰ ਦੇ ਅਧੀਨ ਲੜ ਰਹੇ ਸਨ। ਇਹ ਲੈਫਟੀਨੈਂਟ ਜਨਰਲ ਸਿਨਹਾ ਕਹਿ ਰਹੇ। ਇਸ ਗੱਲ ਦਾ ਪ੍ਰਗਟਾਵਾ ਰਿਟਾਇਰਡ ਲੈਫਟੀਨੈਂਟ ਜਨਰਲ ਐਸ ਕੇ ਸਿਨਹਾ ਨੇ ਕੀਤਾ। ਇਹ ਲੈਫਟੀਨੈਂਟ ਜਨਰਲ ਸਿਨਹਾ ਉਹੀ ਹਨ ਜਿਨ੍ਹਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਨ ਤੋਂ ਨਾਂਹ ਕਰ ਦਿੱਤੀ ਸੀ, ਇਸ ਲਈ ਇਹਨਾਂ ਨੂੰ ਆਰਮੀ ਦਾ ਚੀਫ ਨਹੀਂ ਬਣਾਇਆ ਗਿਆ ਸੀ। ਇਹਨਾਂ ਦੀ ਥਾਂ 'ਤੇ ਫਿਰ ਜਨਰਲ ਵੈਦਿਆ ਨੂੰ ਫੌਜ ਦਾ ਚੀਫ ਬਣਾਇਆ ਗਿਆ ਸੀ, ਮੈਂ ਆਲਰੇਡੀ ਐਕਸਪਲੇਨ ਕੀਤਾ। ਹੁਣ ਇਹ ਉਹਨਾਂ ਦੇ ਸ਼ਬਦ ਨੇ ਕੋਟ ਅਨਕੋਟ ਜਿਹੜੇ। ਫੌਜੀ ਕਾਰਵਾਈ ਕੋਈ ਆਖਰੀ ਰਸਤਾ ਨਹੀਂ ਸੀ ਜਿਵੇਂ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਾਨੂੰ ਮਨਵਾਉਣਾ ਚਾਹੁੰਦੀ ਹੈ। ਇਸ ਫੌਜੀ ਹਮਲੇ ਦਾ ਫਤੂਰ ਇੰਦਰਾ ਗਾਂਧੀ ਦੇ ਦਿਮਾਗ ਵਿੱਚ 18 ਮਹੀਨੇ ਤੋਂ ਘੁੰਮ ਰਿਹਾ ਸੀ। ਇਹ ਕੋਟ ਹੈ, ਸਿਨਹਾ ਦਾ ਹੀ ਹੈ ਕਿ 18 ਮਹੀਨੇ ਤੋਂ ਉਹਦੇ ਦਿਮਾਗ 'ਚ ਫਤੂਰ ਜਿਹੜਾ ਘੁੰਮ ਰਿਹਾ ਸੀ। ਜਨਰਲ ਸਿਨਹਾ ਨੇ ਦੱਸਿਆ ਕਿ ਜਦੋਂ ਉਹ ਪੱਛਮੀ ਕਮਾਂਡ ਦੇ ਮੁਖੀ ਸਨ ਤਾਂ ਉਹਨਾਂ ਨੂੰ ਕੋਈ ਰਾਤ ਦੇ 10 ਵਜੇ ਟੈਲੀਫੋਨ 'ਤੇ ਇਹ ਦੱਸਿਆ ਗਿਆ ਕਿ ਸਰਕਾਰ ਨੇ ਉੱਚ ਪੱਧਰ 'ਤੇ ਫੈਸਲਾ ਕਰ ਲਿਆ ਕਿ ਫੌਜ ਨੂੰ ਸੰਤ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਦਾ ਕੰਮ ਸੌਂਪ ਦਿੱਤਾ ਜਾਏ। ਪਰ ਜਦੋਂ ਜਨਰਲ ਸਿਨਹਾ ਨੇ ਉਸ ਟੈਲੀਫੋਨ ਕਰਨ ਵਾਲੇ ਨੂੰ ਇਹ ਕਿਹਾ ਕਿ ਜਦ ਤੱਕ ਉਹਨਾਂ ਨੂੰ ਫੌਜ ਦੇ ਮੁਖੀ ਜਾਂ ਰੱਖਿਆ ਮੰਤਰੀ ਵੱਲੋਂ ਆਦੇਸ਼ ਪ੍ਰਾਪਤ ਨਹੀਂ ਹੁੰਦੇ ਉਹ ਕੋਈ ਕਾਰਵਾਈ ਨਹੀਂ ਕਰਨਗੇ, ਇਸ ਤੋਂ ਬਾਅਦ ਇਹੋ ਜਿਹਾ ਕੋਈ ਆਦੇਸ਼ ਨਹੀਂ ਮਿਲੇ। ਸੋ ਜ਼ਾਹਿਰ ਹੈ ਵੀ ਇਹ ਟੈਸਟ ਕਰ ਰਿਹਾ ਸੀ ਵੀ ਇਹ ਕਿੰਨਾ ਕੁ ਓਬੇ ਕਰੇਗਾ ਆਰਡਰ। ਇਹ 1981 ਦੇ ਅਖੀਰ ਦੀ ਗੱਲ ਹੈ, ਹੁਣ ਇਹ 1981 ਦੀ ਗੱਲ ਕਰ ਰਹੇ ਹਾਂ ਜਦੋਂ ਅਜੇ ਪਿੰਡਾਂ ਵਾਲੇ ਦਰਬਾਰ ਸਾਹਿਬ ਕੰਮ, ਅਜੇ ਧਰਮਯੁੱਧ ਮੋਰਚਾ ਵੀ 1982 'ਚ ਸ਼ੁਰੂ ਹੁੰਦਾ। ਇਹ 1981 ਦੇ ਅਖੀਰ ਦੀ ਗੱਲ ਹੈ ਜਦੋਂ ਦਰਬਾਰਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ। ਸੋ ਇਹ ਗੱਲ ਤੈਅ ਹੈ ਕਿ ਤਕਰੀਬਨ 30 ਮਹੀਨੇ ਪਹਿਲਾਂ ਫੌਜੀ ਕਾਰਵਾਈ ਦਾ ਫੈਸਲਾ ਲਿਆ ਜਾ ਚੁੱਕਾ ਸੀ ਜਿਸ ਨੂੰ ਅਮਲੀ ਜਾਮਾ ਜੂਨ 1984 ਵਿੱਚ ਪੈਣਾ ਹੈ। 2.5 ਸਾਲ ਪਹਿਲਾਂ ਇਹ ਫੈਸਲਾ ਲੈ ਲਿਆ। ਹੁਣ ਉਹ ਸਾਰੀ ਗੱਲ ਫਿੱਟ ਹੁੰਦੀ ਹੈ, ਇਜ਼ਰਾਈਲੀ ਕਮਾਂਡੋਆਂ ਦੀ ਇਜ਼ਰਾਈਲ ਵੱਲੋਂ ਕਮਾਂਡੋਆਂ ਦੀ ਟ੍ਰੇਨਿੰਗ, ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੂੰ ਚਿੱਠੀ, ਚੱਕਰਾਤਾ ਦੇਹਰਾਦੂਨ ਉੱਤਰਾਖੰਡ ਦੇ ਵਿੱਚ ਮਾਡਲ ਬਣਾ ਕੇ ਟ੍ਰੇਨਿੰਗ। ਫਿਰ ਜਦੋਂ ਸੰਤ ਜਰਨੈਲ ਸਿੰਘ ਚੌਂਕ ਮਹਿਤਾ ਗਏ ਤਾਂ ਇੱਕ ਵਾਰ ਫਿਰ ਫੌਜ ਤੋਂ ਆਰਮਡ ਪਰਸਨਲ ਕਰੀਅਰ ਜਿਹਨੂੰ PAC ਕਿਹਾ ਜਾਂਦਾ ਦੀ ਮੰਗ ਕੀਤੀ ਗਈ ਤਾਂ ਜੇ ਪੁਲਿਸ ਨੂੰ ਇਹ ਸੰਤ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਵਿੱਚ ਸਹਾਈ ਹੋ ਸਕਣ। ਇਹ ਗੱਲ ਅਕਾਲੀਆਂ ਦੇ ਧਰਮਯੁੱਧ ਮੋਰਚੇ ਦੇ ਸ਼ੁਰੂ ਹੋਣ ਤੋਂ ਅਗਸਤ 1982 'ਚ ਕਈ ਚਿਰ ਪਹਿਲਾਂ ਦੀ ਹੈ। ਮੋਰਚਾ ਲੱਗਣ ਤੋਂ ਥੋੜ੍ਹਾ ਚਿਰ ਬਾਅਦ ਹੀ ਦੂਨਵਾਦੀ ਨੇੜੇ ਚੱਕਰਾਤਾ ਛਾਉਣੀ ਵਿੱਚ ਫੌਜ ਨੇ ਕਮਾਂਡੋ ਐਕਸ਼ਨ ਦੀ ਵਿਉਂਤਬੰਦੀ
ਤੇ ਰਿਹਰਸਲ ਸ਼ੁਰੂ ਕਰ ਦਿੱਤੀ ਸੀ ਤੇ ਇਸ ਕੰਮ ਲਈ ਗੋਲਡਨ ਟੈਂਪਲ ਕੰਪਲੈਕਸ ਦਾ ਇੱਕ ਮਾਡਲ ਵੀ ਤਿਆਰ ਕਰ ਲਿਆ ਗਿਆ ਸੀ, ਆਲਰੇਡੀ ਮੈਂ ਰਿਪੀਟ ਕੀਤਾ ਜੀ। ਇੱਕ ਹੋਰ ਸਿਖਲਾਈ ਕੇਂਦਰ ਏਵੀਏਸ਼ਨ ਰਿਸਰਚ ਸੈਂਟਰ ਕਮਾਂਡੋਜ਼ ਸਰਸਾਵਾਂ ਨੇੜੇ ਸ਼ੁਰੂ ਕਰਨ ਦੀ ਤਜਵੀਜ਼ ਪਹਿਲਾਂ ਅਗਸਤ 1983 ਅਤੇ ਫਿਰ ਅਪ੍ਰੈਲ 1984 ਵਿੱਚ ਬਣਾਈ ਗਈ, ਪਰ ਇਸ ਦਾ ਭੇਤ ਸਨ ਜਰਨੈਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਲੱਗਣ ਕਾਰਨ ਇਸ ਨੂੰ ਵਿੱਚ ਹੀ ਛੱਡ ਦਿੱਤਾ ਗਿਆ। ਇਹਨਾਂ ਫੌਜੀ ਤਿਆਰੀਆਂ ਦੇ ਸੰਦਰਭ ਵਿੱਚ ਜੇ ਸੰਤ ਪਿੰਡਰਾਂ ਵਾਲਿਆਂ ਅਤੇ ਉਹਨਾਂ ਦੇ ਸਾਥੀਆਂ ਨੇ ਗੋਲਡਨ ਟੈਂਪਲ ਦੀ ਸੁਰੱਖਿਆ ਲਈ ਆਪਣੀ ਪੂਰੀ ਵਾਹ ਲਗਾ ਦਿੱਤੀ ਤਾਂ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹਨਾਂ ਨੂੰ ਕੋਈ ਦੋਸ਼ੀ ਕਰਾਰ ਦੇਵੇ। ਜਨਰਲ ਸਿਨਹਾ ਕਹਿ ਰਹੇ ਜੀ ਕਿ ਆਹ ਤਿਆਰੀਆਂ 2.5 ਸਾਲ ਤੋਂ ਚੱਲ ਰਹੀਆਂ ਸੀ, ਮਾਡਲ ਬਣਾ ਕੇ ਇੱਥੇ ਉੱਥੇ ਜੇ ਉਹ ਹਮਲੇ ਦੀਆਂ ਤਿਆਰੀਆਂ ਕਰ ਰਹੇ ਸੀ ਤਾਂ ਫਿਰ ਉਹਨਾਂ ਦਾ ਵੀ ਇਹ ਹੱਕ ਬਣਦਾ ਸੀ ਸੰਤ ਪਿੰਡਾਂ ਵਾਲਿਆਂ ਦਾ ਕਿ ਉਹ ਉਸ ਕੰਪਲੈਕਸ ਨੂੰ ਦਰਬਾਰ ਸਾਹਿਬ ਦੇ ਨੂੰ ਪੂਰੀ ਵਾਹ ਲਾਉਣ ਕਿ ਉਸ ਨੂੰ ਉਹ ਸੁਰੱਖਿਅਤ ਕਰ ਸਕਣ। ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡੇ ਘਰ 'ਤੇ ਕੋਈ ਹਮਲਾਵਰ ਹਮਲਾ ਕਰਨ ਵਾਲਾ ਹੈ ਤਾਂ ਤੁਹਾਡਾ ਇਹ ਕਾਨੂੰਨੀ ਅਤੇ ਇਖਲਾਕੀ ਫਰਜ਼ ਬਣ ਜਾਂਦਾ ਹੈ ਕਿ ਤੁਸੀਂ ਹਮਲਾਵਰਾਂ ਨੂੰ ਮੂੰਹ ਤੋੜ ਜਵਾਬ ਦੇਵੋ। ਇਸ ਮਾਮਲੇ ਵਿੱਚ ਹਮਲਾ ਹੋਣ ਵਾਲਾ ਘਰ ਸਿੱਖਾਂ ਦਾ ਪਵਿੱਤਰ ਹਰਿਮੰਦਰ ਸਾਹਿਬ, ਬਿਲਕੁਲ ਨੋ ਡਾਊਟ ਕਿ ਬਈ ਹੁਣ ਇਹ ਜਿਹੜੇ ਸਾਡੇ 'ਚ ਹੀ ਖੜੇ ਇੱਦਾਂ ਦੀਆਂ ਦਲੀਲਾਂ ਕਰਦੇ ਨੇ, ਇਸ ਦਾ ਕੀ ਉਹਨਾਂ ਦੇ ਕੋਲ ਜਵਾਬ ਹੈ? ਦੂਸਰਾ, ਤੁਹਾਨੂੰ ਮੁਕਾਬਲਾ ਕਰਨ ਲਈ ਦੁਸ਼ਮਣ ਨਾਲੋਂ ਵੱਧ ਨਹੀਂ ਤਾਂ ਬਰਾਬਰ ਦੇ ਹਥਿਆਰਾਂ ਦੀ ਜ਼ਰੂਰਤ ਹੈ। ਇੰਦਰਾ ਗਾਂਧੀ ਦਾ ਇਹ ਕਹਿਣਾ ਸੀ ਕਿ ਸੰਤ ਪਿੰਡਾਂ ਵਾਲੇ ਪਿਛਲੇ 1 ਸਾਲ ਤੋਂ ਹਥਿਆਰ ਇਕੱਠੇ ਕਰ ਰਹੇ ਸਨ, ਪਰ ਇਹ ਉਸਦੇ ਫੌਜੀ ਹਮਲੇ ਦੀ ਕਾਰਵਾਈ ਦੇ ਫੈਸਲੇ ਤੋਂ ਕਾਫ਼ੀ ਚਿਰ ਬਾਅਦ ਵਿੱਚ ਸ਼ੁਰੂ ਹੋਇਆ ਕਿ ਜਦੋਂ ਫੌਜ ਨੇ ਤਿਆਰੀ ਸ਼ੁਰੂ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਹਥਿਆਰ ਜਿਹੜੇ ਨੇ ਇਕੱਠੇ ਕਰਨੇ ਸ਼ੁਰੂ ਕੀਤੇ। ਦਸੰਬਰ 1983 ਵਿੱਚ ਸੰਤ ਜਰਨੈਲ ਸਿੰਘ ਦੇ ਸਾਥੀਆਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ 2 ਸੁਰੰਗਾਂ ਖੋਦੀਆਂ, ਪਰ ਉਹਨਾਂ ਨੂੰ ਇਹ ਸੁਰੰਗਾਂ ਬੰਦ ਕਰਨ ਲਈ ਮਨਾ ਲਿਆ ਗਿਆ ਅਤੇ ਸੁਰੰਗਾਂ ਬੰਦ ਕਰ ਦਿੱਤੀਆਂ ਗਈਆਂ। ਸੋ ਇਸ ਤੋਂ ਇਹ ਗੱਲ ਸਾਫ਼ ਹੈ ਕਿ ਦਸੰਬਰ 1983 ਤੱਕ ਕੋਈ ਵੀ ਸਿੱਖ ਨੇਤਾ ਸਰਕਾਰ ਨਾਲ ਹਥਿਆਰਬੰਦ ਲੜਾਈ ਲਈ ਤਿਆਰ ਨਹੀਂ ਸੀ। ਹੁਣ ਫੌਜ 2.5 ਸਾਲ ਤੋਂ ਤਿਆਰੀ ਕਰ ਰਹੀ ਹੈ, ਕਮਾਂਡੋ ਦੂਜੇ ਤੀਜੇ, ਇੱਥੇ ਦਸੰਬਰ 83 ਤੱਕ ਕੋਈ ਫੌਜੀ ਤਿਆਰੀ ਨਹੀਂ ਹੈ। ਔਰ ਫਿਰ ਉਹਨਾਂ ਨੇ ਸ਼੍ਰੋਮਣੀ ਕਮੇਟੀ ਸਕੱਤਰ ਭਾਨ ਸਿੰਘ ਨੂੰ ਕੋਟ ਕੀਤਾ ਕਿ ਮੋਰਚਾਬੰਦੀ ਜਿਹੜੀ ਹੈ ਉਹ 17 ਫਰਵਰੀ 1984 ਨੂੰ ਦਰਬਾਰ ਸਾਹਿਬ ਦੇ ਸ਼ੁਰੂ ਹੋਈ। ਇਹ ਵੀ ਇਸ ਲਈ ਸ਼ੁਰੂ ਹੋਈ ਕਿਉਂਕਿ CRPF ਅਤੇ BSF ਦੇ ਨੀਮ ਫੌਜੀ ਦਸਤਿਆਂ ਨੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਇਮਾਰਤਾਂ ਨੂੰ ਕਬਜ਼ੇ ਵਿੱਚ ਲੈ ਕੇ ਉੱਥੇ ਬੰਕਰ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਬਿਨਾਂ ਕਿਸੇ ਕਾਰਨ ਹਰਿਮੰਦਰ ਸਾਹਿਬ ਵੱਲ ਰੁੱਕ ਰੁੱਕ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਤੇ ਸੋ ਸਰਕਾਰ ਦੀ ਇਸ ਕਾਰਵਾਈ ਨੇ ਸੰਤ ਜਰਨੈਲ ਸਿੰਘ ਨੂੰ ਮੋਰਚਾਬੰਦੀ ਦੇ ਲਈ ਉਕਸਾਇਆ। ਫਿਰ ਮਈ ਦੇ ਅਖੀਰ ਵਿੱਚ CRPF ਅਤੇ BSF ਨੇ ਹਰ ਰੋਜ਼ 10,000 ਗੋਲੀਆਂ ਦੀ ਬੁਛਾੜ ਗੋਲਡਨ ਟੈਂਪਲ ਕੰਪਲੈਕਸ ਵੱਲ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦਾ ਮੁੱਖ ਮੰਤਵ ਸੀ ਕਿ ਜਦੋਂ ਇਸ ਦੇ ਜਵਾਬ ਵਿੱਚ ਗੋਲੀ ਚੱਲੇ ਤਾਂ ਪਤਾ ਲੱਗ ਸਕੇ ਕਿ ਸੰਤ ਜਰਨੈਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਕੋਲ ਕਿਸ ਤਰ੍ਹਾਂ ਦੇ ਹਥਿਆਰ ਸਨ ਅਤੇ ਉਹਨਾਂ ਦੇ ਮੋਰਚੇ ਕਿਸ ਕਿਸ ਪਾਸੇ ਸਨ। ਇਸ ਦਾ ਦੂਸਰਾ ਮੰਤਵ ਲੜਾਈ ਨੂੰ ਜਾਣ ਬੁੱਝ ਕੇ ਭੜਕਾਉਣਾ ਸੀ। ਇਹ June 1 ਦੀ ਗੱਲ ਕਰ ਰਹੇ ਨੇ ਕਿ ਜਦੋਂ 1 ਪਾਸੜ ਗੋਲੀਆਂ ਆਈਆਂ ਔਰ 12-13 ਸਿੰਘ ਜਿਹੜੇ ਨੇ ਪ੍ਰਕਰਮਾਂ ਦੇ ਵਿੱਚ ਸ਼ਹੀਦ ਹੋਏ, ਪਰ ਇੱਧਰੋਂ ਕਿਸੇ ਨੇ ਵਾਪਸੀ ਫਾਇਰਿੰਗ ਨਹੀਂ ਕੀਤੀ ਕਿਉਂਕਿ ਉਦੋਂ ਤੱਕ ਇਹ ਜੰਗ ਹੋਣ ਦਾ ਮੁਕਾਮ ਸੀ ਅਤੇ ਦੁਸ਼ਮਣ ਨੂੰ ਟ੍ਰਾਇਲ ਬੁਲੇਟਸ ਕਹਿੰਦੇ ਨੇ ਦੇਖ ਰਿਹਾ ਸੀ
ਕਿ ਜਿੱਥੋਂ ਜਵਾਬੀ ਗੋਲੀ ਆਏਗੀ ਫਿਰ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਉਹਨਾਂ ਦੀਆਂ ਪੋਜੀਸ਼ਨਾਂ ਕੀ ਨੇ, ਕਿਉਂਕਿ ਇੱਧਰ ਵੀ ਟ੍ਰੇਨ ਜਨਰਲ ਸੁਵੇਕ ਸਿੰਘ ਬੈਠੇ ਸੀ, ਸੋ ਉਹਨਾਂ ਨੇ ਕਿਹਾ ਵੀ ਨਹੀਂ ਵਾਪਸੀ ਫਾਇਰਿੰਗ ਨਹੀਂ ਕਰਨੀ। ਔਰ ਅਖੀਰਲਾ ਪਹਿਰਾ ਜਨਰਲ ਸਿਨਹਾ ਦੇ ਸ਼ਬਦ ਨੇ, ਕੋਈ ਵੀ ਰੱਬ ਦਾ ਪਿਆਰਾ ਸਿੱਖ ਕਿਸੇ ਵੀ ਫੌਜ ਨੂੰ ਆਪਣੇ ਪਵਿੱਤਰ ਸਥਾਨ ਹਰਿਮੰਦਰ ਸਾਹਿਬ ਵੱਲ ਵਧਣ ਦੀ ਇਜਾਜ਼ਤ ਨਹੀਂ ਦੇ ਸਕਦਾ। ਇਹ ਹਰ ਸਿੱਖ ਦਾ ਇਖਲਾਕੀ ਅਤੇ ਧਾਰਮਿਕ ਫਰਜ਼ ਬਣਦਾ ਹੈ ਕਿ ਉਹ ਹਰਿਮੰਦਰ ਸਾਹਿਬ ਵੱਲ ਵਧਣ ਵਾਲੇ ਹਰੇਕ ਦੁਸ਼ਮਣ ਦੇ ਦੰਦ ਖੱਟੇ ਕਰੇ ਅਤੇ ਇਸ ਦੀ ਹਿਫਾਜ਼ਤ ਲਈ ਮਰ ਮਿਟੇ। ਸੰਤ ਭਿੰਡਰਾਂ ਵਾਲਿਆਂ ਨੇ ਆਪਣੇ ਸਾਥੀਆਂ ਸਮੇਤ ਸਿੱਖ ਜੁਝਾਰੂ ਸੂਰਬੀਰਾਂ ਦੀ ਪਰੰਪਰਾ ਦਾ ਪਾਲਣ ਕਰਦੇ ਹੋਏ ਆਖਰੀ ਗੋਲੀ ਅਤੇ ਆਖਰੀ ਸਵਾਸ ਤੱਕ ਲੜਾਈ ਕੀਤੀ। ਇਹੋ ਹੀ ਕਾਰਨਾਂ ਕਰਕੇ ਆਦਮੀ, ਔਰਤਾਂ ਅਤੇ ਬੱਚੇ ਜੋ ਕਿ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ, ਉਹਨਾਂ ਨੇ ਵੀ ਇਸ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਆਪਣੀਆਂ ਜਾਨਾਂ ਦੀ ਬਾਜ਼ੀ ਲਗਾ ਦਿੱਤੀ। ਸੋ ਅਸੀਂ ਸਮਝਦੇ ਹਾਂ ਕਿ ਜਨਰਲ ਸਿਨਹਾ ਨੇ ਹਿਸਟਰੀ ਨੂੰ ਵੀ ਠੀਕ ਪਰਸਪੈਕਟਿਵ 'ਚ ਔਰ ਰਿਕਾਰਡ ਸਟੇਟ ਕਰ ਦਿੱਤਾ ਹੈ ਕਿ ਕਿਵੇਂ 2.5 ਸਾਲ ਤੋਂ ਫੌਜੀ ਹਮਲੇ ਦੀਆਂ ਤਿਆਰੀਆਂ ਔਰ ਬਾਹਰਲੇ ਮੁਲਕਾਂ ਦੀ ਸ਼ਮੂਲੀਅਤ ਦੀ ਗੱਲ ਅਸੀਂ ਕੀਤੀ ਹੈ ਕੱਲ੍ਹ ਵੀ ਅੱਜ ਵੀ ਜੀ। ਔਰ ਸੰਤ ਭਿੰਡਰਾਂ ਵਾਲਿਆਂ ਨੇ ਜਿੱਥੇ ਆਪਣਾ ਧਾਰਮਿਕ ਫਰਜ਼ ਨਿਭਾਇਆ ਉੱਥੇ ਉਹਨਾਂ ਨੇ ਕੋਈ ਕਾਨੂੰਨ ਦੀ ਉਲੰਘਣਾ ਵੀ ਨਹੀਂ ਕੀਤੀ, ਇੰਟਰਨੈਸ਼ਨਲ ਲਾਅ ਦੀ ਵੀ ਜਾਂ ਨੈਚੁਰਲ ਲਾਅ ਦੀ ਵੀ, ਜਿਹਦੇ ਥੱਲੇ ਜਦੋਂ ਕੋਈ ਤੁਹਾਡੇ ਘਰ ਆ ਕੇ ਹਮਲਾ ਕਰਦੇ ਤੇ ਤੁਹਾਨੂੰ ਡਿਫੈਂਡ ਕਰਨ ਦਾ ਰਾਈਟ ਹੈ। ਇਹ ਤਾਂ ਰੱਬ ਦਾ ਘਰ ਸੀ ਜਿਸ ਦੇ ਲਈ ਅਸੀਂ ਕੀ ਸਾਰੀ ਦੀ ਸਾਰੀ ਕੌਮ ਵੀ ਜੇ ਸ਼ਹੀਦ ਹੋ ਜਾਏ ਜਾਂ ਹੋ ਜਾਂਦੀ ਤੇ ਇਹ ਵੀ ਇਸ ਨੂੰ ਅਸੀਂ ਮੁਬਾਰਕ ਸਮਝਦੇ। ਸੋ ਜਨਰਲ ਸਿਨਹਾ ਨੇ ਇੱਕ ਇਮਾਨਦਾਰ ਫੌਜੀ ਅਫਸਰ ਦੀ ਜਿਹੜੀ ਥਾਂ ਹੈ ਉਹ ਸਿੱਖਾਂ ਦੇ ਦਿਲਾਂ 'ਚ ਜ਼ਰੂਰ ਬਣਾਈ ਹੈ, ਭਾਵੇਂ ਉਹਨਾਂ ਨੂੰ ਫੌਜੀ ਜਨਰਲ ਨਹੀਂ ਬਣਾਇਆ ਗਿਆ ਔਰ ਡਿਸਗ੍ਰੇਸ ਹੋ ਕੇ ਉਹਨਾਂ ਨੂੰ ਛੱਡਣਾ ਪਿਆ। ਜੀ ਰਾਜ ਸਾਹਿਬ, ਬਿਲਕੁਲ ਇੱਥੇ ਲੈਣੇ ਆ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਅਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ, TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੋਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ 36-01 37th Avenue ਲੋਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ 'ਤੇ 5164060694। ਤੁਹਾਨੂੰ ਫਿਰ ਦੁਬਾਰਾ ਦੱਸ ਦਈਏ ਕਿ SOS ਦਾ ਜੋ ਟਾਈਮ ਹੈ 7:45 ਤੋਂ ਲੈ ਕੇ 9 ਵਜੇ ਤੱਕ ਹੈ। ਕੀਪ ਵਾਚਿੰਗ TV84, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।